ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਪੱਠਲ ਨੂੰ ਪੰਜਾਬ ਰਾਜ ਯੋਜਨਾ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਣ ਅਤੇ ਕੈਬਨਿਟ ਰੈਂਕ ਦੇਣ ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਾਂਗਰਸੀ ਵਰਕਰਾਂ ਨੇ ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਗੁਪਤਾ ਅਤੇ ਕੌਂਸਲਰ ਸੁਰਿੰਦਰ ਗੋਇਲ ਬਾਂਗਰੂ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬੀਬੀ ਰਜਿੰਦਰ ਕੌਰ ਪੱਠਲ ਨੂੰ ਕੈਬਨਿਟ ਰੈਂਕ ਦਾ ਦੇ ਕੇ ਅਤੇ ਵਾਈਸ ਚੇਅਰਮੈਨ ਪਲੇਇੰਗ ਬੋਰਡ ਦਾ ਬਣਾ ਕੇ ਬਹੁਤ ਅਹੁਦਾ ਵਰਤਿਆ ਕਿ ਕਿਉਂਕਿ ਪੰਜਾਬ ਦੇ ਵਿੱਚ ਇੱਕ ਸ਼ੇਰਨੀ ਜੋ ਬੀਬੀ ਰਜਿੰਦਰ ਕੌਰ ਪੱਠਲ ਦੀ ਘਾਟਤੀ ਉਹ ਪੂਰੀ ਕੀਤੀ ਜਾਊਗੀ। ਮੈਂ ਕੈਪਟਨ ਸਾਹਿਬ ਦਾ ਬਹੁਤ ਦਿਲੋਂ ਦਿਲੋਂ ਧੰਨਵਾਦ ਕਰਦਾ। ਜੈ ਹਿੰਦ। ਠੀਕ ਹੈ ਜੀ। ਤੁਰਤ ਦਵਿੰਦਰ ਕੀਪਲ ਦੀ ਰਿਪੋਰਟ, ਚੈਨਲ 2।